थाना कमान अधीन पुलिस चौकी उदनवाल के पेंदे पिंड अतेपुर विच इंसाफ लैण दे लई एक लड़की वालों सहुरे घर के दरवाजे अगे धरना लगा दिता। जानकारी दिंदिया नवब्योता करनजीत कौर पुत्री स्वर्गी बलकार सिंह वासी शैलोवाल थाना कमान का कहना है कि मेरा ब्याह 23 जनवरी 2022 नूं जगरूप सिंह पुत्र सतनाम सिंह वासी अतेपुर नाल होया। ब्याह तो थोड़े दिन बाद मेरा सहुरा परिवार मैनू तंग परेशान कर लग पिया, जिस की लिखती दरखास्त पुलिस चौंकी उदमवाल नूं दित्ती गई, जिस विच मोतवर व्यक्तियों की हाजिरी विच राजीनामा हो गया पर अज तक मैनू वापस लैण नहीं आए, जिस करके अज मैं अपने सहुरे घर आई तो मैनू घर विच वड़ नहीं दिता गया अते दरवाजा बंद कर लिया। उसका कहना है कि मैं पुलिस की ढिली कारगुजारी तो भी काफ़ी परेशान हाँ। पीड़िता का कहना है कि मैनू शक है कि इस पिछे राज सी शह है। थाना चौंकी इंचार्ज दलजीत सिंह का कहना है कि बीते कल तो यह नव्यता सहुरियां दे घर अगे बैठी हुई है अते पुलिस का पहरा लगा दिता है। उन्हें आख्या कि यह सारा मसला उच्च अधिकारियों के ध्यान विच लिया गया है। ते की मसला कादा झगड़ा है ਇਹਨਾਂ ਨੇ 25 ਫਰਵਰੀ ਦਾ ਇਹਨਾਂ ਨੇ ਫੈਸਲਾ ਕੀਤਾ ਹੋਇਆ ਅਤੇ ਬੁੱਧਵਾਰ ਨੂੰ ਹੀ ਲੈ ਜਾਵਾਂਗੇ। ਬੁੱਧਵਾਰ ਬੰਦੇ ਵੀ ਸੀਗੇ ਵਿੱਚ, ਪੁਲਿਸ ਵੀ ਸੀਗੀ ਵਿੱਚ, ਕਹਿੰਦੇ ਸੀਗੇ ਜੇ ਨਾ ਬੁੱਧਵਾਰ ਨੂੰ ਲੈਣ ਆਉਣਗੇ ਅਸੀਂ ਤੁਹਾਨੂੰ ਖੁਦ ਛੱਡ ਕੇ ਆਵਾਂਗੇ। ਅਤੇ ਅਸੀਂ ਬੜੀ ਕੋਸ਼ਿਸ਼ ਕੀਤੀ, ਬੜੀਆਂ ਰਿਪੋਰਟਾਂ ਦਿੱਤੀਆਂ, ਮੇਰੇ ਹੱਥ 'ਚ ਵੀ ਆ ਰਿਪੋਰਟਾਂ, SSP ਸਰ ਨੇ ਮੈਨੂੰ ਲਿਖ ਕੇ ਦਿੱਤਾ ਅਤੇ ਕਮਿਸ਼ਨਰ ਮੈਡਮ ਨੇ ਵੀ ਅਤੇ DSP ਸਰ ਆ ਉਹਨਾਂ ਨੇ ਵੀ ਦਿੱਤਾ ਅਤੇ ਮੈਂ MLA ਸਰ ਕੋਲ ਗਈ। MLA ਸਰ ਨੇ ਕਿਹਾ ਕਹਿੰਦਾ ਮੈਂ ਮੁੰਡੇ ਨੂੰ ਸਪੋਰਟ ਕਰਨਾ, ਤੈਨੂੰ ਨਹੀਂ ਕਰਨਾ, ਤੂੰ ਜੋ ਕਰਨਾ ਕਰ, ਇੰਨੀ ਗੱਲ ਕਹੀ। MLA ਕਿਹੜੇ ਨੇ ਹੋਣ ਵਾਲੇ ਨੇ? ਅਮਰਪਾਲ। ਅੱਛਾ ਜੀ। ਹਾਂਜੀ, ਸ਼੍ਰੀ ਹਰਗੋਬਿੰਦ ਅਮਰਪਾਲ। ਤੇ ਇੱਥੇ ਮੈਂ ਆਈ ਆ ਤੇ ਇੱਥੇ ਆਣ ਕੇ ਇਹਦੇ ਵਿੱਚ ਵੀ ਲਿਖਿਆ ਹੋਇਆ ਵਾ ਕਿ ਜੇਕਰ ਕੁੜੀ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਤੇ ਪੁਲਿਸ ਅੰਦਰ ਵੜੇ, ਇਹ ਚੀਜ਼ ਲਿਖੀ ਆ ਇਹਨਾਂ ਤੇ। ਤੇ ਪੁਲਿਸ ਨੇ ਤੁਹਾਡੀ ਕੀ ਸਹਾਇਤਾ ਕੀਤੀ? ਕੋਈ ਨਹੀਂ ਹੈਲਪ ਕੀਤੀ, ਆਣ ਕੇ ਇੱਥੋਂ ਤੱਕ ਕਿ ਲੋਕ ਵਗੈਰਾ ਵੀ ਨਹੀਂ ਕੀਤਾ। ਆਈ ਆ ਪੁਲਿਸ ਡਰਿੰਕ ਵਗੈਰਾ ਕਰਕੇ ਉੱਥੇ ਲੰਮੇ ਪਈ ਦੀ ਉਹਦੇ ਨੂੰ। ਤੇ ਤੁਹਾਡੇ ਹਸਬੰਡ ਤੁਹਾਡੇ ਨਾਲ ਕੋਈ ਕੋਆਪਰੇਟ ਕਰਦੇ ਕੋਈ? ਪਰਸੋਂ ਅਸੀਂ ਜਦੋਂ ਵੂਮਨ ਸੈਲ 'ਚ ਉੱਥੇ ਗਏ ਹਾਂ ਬਟਾਲੇ, ਅਤੇ ਉੱਥੇ ਇਹਨਾਂ ਨੇ ਇੰਨੀ ਗੱਲ ਕਹੀ ਆ, ਕਹਿੰਦੇ ਵੀ ਕਰ ਅਸੀਂ ਪਾਪਾ ਚਲੋ ਕਰਨ ਨੂੰ ਲੈ ਆਉਂਦੇ ਹਾਂ, ਖਲਾਰਾ ਨਹੀਂ ਪਾਉਂਦੇ, ਬੜਾ ਹੋ ਗਿਆ ਵਾ, ਬੇਇੱਜ਼ਤੀ ਬੜੀ ਆਉਂਦੀ, ਕਰਨ ਨੂੰ ਲੈ ਆਉਂਦੇ। ਪਾਪਾ ਨੇ ਵੀ ਧੱਕਾ ਮਾਰਿਆ, MLA ਭਾਜੀ ਦੇ ਮਿੱਠਾ 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 ਕਰਕੇ ਹੈਗੇ ਆ ਨਾਮ, ਭਰਤ ਦਾ ਮਿੱਠਾ ਨਾਮ ਆ, ਉਹਨਾਂ ਨੇ ਧੱਕਾ ਮਾਰਿਆ ਅਤੇ MLA ਦੇ ਨਾਲ MLA ਦੇ ਬੰਦੇ ਸਾਰੇ ਇਹਨਾਂ ਨਾਲ ਤੁਰਨ ਦੇ, ਅਤੇ ਫਿਰ ਮੁੰਡੇ ਨੇ ਕਿਹਾ ਕਹਿੰਦਾ ਮੈਂ ਨਹੀਂ ਖਾਣੀ, ਫਿਰ ਇੰਨੀ ਗੱਲ ਮੁੰਡੇ ਨੇ ਕਹੀ। ਅੱਛਾ, ਤੁਸੀਂ ਹੁਣ ਇਹਦੇ 'ਚ MLA ਨੂੰ ਵੀ ਕੋਈ ਦੋਸ਼ੀ ਮੰਨਦੇ ਹੋ ਕਿ ਜਾਂ ਕਿਦਾਂ? ਸਰ ਉਹਨਾਂ ਦਾ ਪੂਰਾ ਹੱਥ ਆ, ਕਿਉਂਕਿ ਰਾਤੀ ਵੀ ਗੱਲ ਕਰਨ ਦੇ, ਕਹਿੰਦੇ MLA ਸਰ ਨਾਲ ਇੱਥੇ ਉੱਚੀ ਉੱਚੀ ਗੱਲ ਕਰਨ ਦੇ ਗੇਟ ਲੱਗ ਗਏ, ਮੈਂ ਇੱਥੇ ਬੈਠੀ ਸੀਗੀ, ਕਹਿੰਦੇ MLA ਭਾਜੀ ਇਹ ਤਾਂ ਕੁੜੀ ਤੇ ਉੱਠਣ ਦਾ ਨਾਂ ਹੀ ਨਹੀਂ ਲੈਣ ਦੀ, ਹੁਣ ਕਿੱਦਾਂ ਕਰੀਏ, ਜੇ ਇੱਥੇ ਮਰ ਗਈ ਤੇ ਫਿਰ ਵੀ ਸਾਡੀ ਜ਼ਿੰਮੇ ਪੈਣੀ ਆ। ਤੇ ਉਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਿਹਾ ਕੀ ਨਹੀਂ, ਕਿਉਂਕਿ ਕੰਨ ਨੂੰ ਫੋਨ ਲੱਗਾ ਸੀਗਾ। ਤੇ ਤੁਹਾਡਾ ਕਿਹੜੀ ਕੋਈ ਪਾਰਟੀ ਨਾਲ ਸੰਬੰਧ ਕੋਈ ਹੈਗਾ ਕਿ ਇਹੋ ਜੀ ਪਾਰਟੀ ਰੰਜਸ ਕਾਰਨ ਕਰਕੇ ਤਾਂ ਨਹੀਂ ਕੋਈ ਇਦਾਂ ਦੀ ਗੱਲ? ਨਹੀਂ ਸਰ, ਇਦਾਂ ਦੇ ਕੁਛ ਨਹੀਂ, ਅਸੀਂ ਤੇ ਸਗੋਂ ਆ ਵੇਲੋ ਮੇਰੇ ਕੋਲ ਆਪਣਾ ਘਰ ਰਹਿ ਰਹੀ ਸੀ, 1 ਮਹੀਨਾ ਪਹਿਲਾਂ ਸ਼ਾਦੀ ਹੋਣ ਤੋਂ ਬਾਅਦ ਰਹੀ ਹੈ ਇਹ ਲੜਕੀ। ਹੁਣ ਆਉਂਦੀ ਮੈਨੂੰ ਆਪਣੇ ਜਿੰਦੇ ਮਾਰਿਆ ਸਹੁਰੇ ਪਰਿਵਾਰ ਨੇ ਕਿ ਪੁਲਿਸ ਜਿਹੜੀ ਆ ਅੰਦਰ ਦਾਖਲ ਕਰਾਵੇ, ਪੁਲਿਸ ਅੰਦਰ ਜ਼ਬਰਦਸਤੀ ਦਾਖਲ ਨਹੀਂ ਕਰਾ ਸਕਦੀ। ਅਸੀਂ ਇਹਦੀ ਕਹਿਤਾ ਹੋਇਆ ਬਾਰ ਬਾਰ ਵੀ ਆਪਣੀ ਸਟੇਟਮੈਂਟ ਲਿਖਾਓ, ਜੋ ਵੀ ਐਲੀਗੇਸ਼ਨ ਉਹਨਾਂ 'ਤੇ ਹੈਗਾ ਉਹਦੇ ਮੁਤਾਬਕ ਅਸੀਂ ਬਣਦੀਆਂ ਤਰ੍ਹਾਂ ਪਰਚਾ ਦਰਜ ਕਰਨ ਲਈ ਤਿਆਰ ਹਾਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।